ਕਿਅਰ ਤਾਂ ਸਿਤਾਇਂ ਕਰਾਂਗੇ ਕਿ ਜੇ ਸਾਡਾ ਪਾਣੀ ਸਾਫ਼ ਹੋਗਾ ਅਸੀਂ ਪਾਣੀ ਪੀਵਾਂਗੇ ਤਾਂ ਠੀਕ ਰਹਿਣਗੇ 1.5 ਸਾਲ ਦੇ ਵਿੱਚ ਤਿੰਨ ਮੌਤਾਂ ਹੋ ਗਈਆਂ ਚਾਰ ਸਾਡੇ ਆ ਦੇ ਘਰੇ ਪੂਰੀ ਕੋਸ਼ਿਸ਼ ਕੀਤੀ ਕਿ ਸਾਡੀ ਮਾਂ ਬੱਚੇ ਪਰ ਨਹੀਂ ਬਚ ਪਏ ਸਾਡੇ ਏਰੀਆ ਦਾ ਪਾਣੀ ਕਿਉਂਕਿ ਜਦੋਂ ਮੰਮਾ ਨੂੰ ਜ਼ਿਆਦਾ ਪ੍ਰੋਬਲਮ ਹੋਣ ਲੱਗੀ ਅਸੀਂ ਕਹਾਂ ਸੀ ਕਿ ਇਹ ਪਾਣੀ ਨਹੀਂ ਪੀਣਾ ਡਾਕਟਰ ਨੇ ਮਨਾ ਕੀਤਾ ਸੀ ਮੰਮਾ ਨੂੰ ਹੁਣ ਅਸੀਂ ਵੀ ਇਹੀ ਪਿੰਨਿਆ ਮੇਰੀ ਭੈਣ ਨੂੰ ਵੀ ਹੁਣ ਇਨਫੈਕਸ਼ਨ ਵਗੈਰਾ ਬਹੁਤ ਜ਼ਿਆਦਾ ਹੋਈ ਪਈ ਆ ਕੱਲ ਮੈਂ ਵੀ ਮੋਗਤੋਂ ਦਵਾਈ ਵਾਪਸ ਲੈ ਗਈਆਂ ਇਨਫੈਕਸ਼ਨ ਹੀ ਮੇਰੇ ਆਈ ਸਰੀਰ ਦੇ ਵਿੱਚ ਉਹ ਕਹਿੰਦੇ ਇਨਫੈਕਸ਼ਨ ਆ ਪਾਣੀ ਚੇਂਜ ਕਰੋ ਤੁਹਾਡਾ ਪਾਣੀ ਬੜਾ ਜਿਆਦਾ ਖਰਾਬ ਆ ਰਿਹਾ ਵਾ ਤੁਹਾਡੇ ਚੰਨੀ ਪਾਵਰ ਹੈ ਨਹੀਂ ਕਿ ਅਸੀਂ ਪਾਣੀ ਚੇਂਜ ਕਰ ਦਈਏ ਤਾਂ ਹੁਣ ਸਾਨੂੰ ਪਤਾ ਚਾਰਾ ਪੈਣਾ ਨਹੀਂ ਅਸੀਂ ਮਾਂ ਵੀ ਨਾ ਕਿੰਨੇ ਓਕੇ ਕੱਢਦੇ ਇਹੀ ਮਾਂ ਹੁੰਦੀ ਤੇ ਪਤ ਬਾਰੋਂ ਦਾ ਬਹੁਤ ਚਾਹ ਹੁੰਦਾ ਵਾ ਪਾਣੀ ਬਿਨਾਂ ਜੀ ਵੀ ਨਹੀਂ ਸਕਦੇ ਇਸ ਤੋਂ ਬਿਹਤਰ ਆ ਕਿ ਫੈਕਟਰੀ ਬੰਦ ਹੋਣੀ ਸਹੀ ਆ ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਆ ਰਾਹੁਲ ਕਾਲਾ ਜ਼ੀਰਾ ਦੇ ਵਿੱਚ ਸ਼ਰਾਬ ਫੈਕਟਰੀ ਬੰਦ ਕਰਨ ਨੂੰ ਲੈ ਕੇ ਧਰਨਾ ਚੱਲਿਆ ਹੋਇਆ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੀ ਫੈਕਟਰੀ ਦੇ ਕਾਰਨ ਹੇਠਲਾ ਧਰਤੀ ਹੇਠਲਾ ਪਾਣੀ ਤਕਰੀਬਨ 650 ਫੁੱਟ ਤੱਕ ਗੰਦਲਾ ਹੋ ਚੁੱਕਿਆ ਤੇ ਇਹ ਕਾਰਨ ਬਣ ਰਿਹਾ ਕੈਂਸਰ ਦਾ ਬਿਮਾਰੀਆਂ ਦਾ ਅਸੀਂ ਪਿੰਡ ਦੇ ਨੇੜੇ-ਤੇੜੇ ਜੋ ਸ਼ਰਾ ਫੈਕਟਰੀ ਦੇ ਨੇੜੇ-ਤੇੜੇ ਪਿੰਡ ਹੈਗੇ ਨੇ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚੇ ਆਂ ਜਾਇਜ਼ਾ ਲੈਣ ਦੇ ਲਈ ਗਰਾਊਂਡ 0 ਤੋਂ ਰਿਪੋਰਟ ਕਰ ਰਹੇ ਆਂ ਔਰ ਇੱਕ ਘਰ ਸਾਨੂੰ ਅਜੇ ਹੱਲਿਆ ਪਿੰਡ ਹੈ ਰਟੋਲ ਉੱਥੇ 2 ਮਹੀਨੇ ਪਹਿਲਾਂ ਇੱਕ ਕੈਂਸਰ ਦੀ ਮਰੀਜ਼ ਸੀ ਮਨਜੀਤ ਕੌਰ ਜਿਸ ਦੀ 2 ਮਹੀਨੇ ਪਹਿਲਾਂ ਮੌਤ ਹੋ ਗਈ ਹੈ ਗਲੇ ਦਾ ਕੈਂਸਰ ਸੀ ਉਹਨਾਂ ਦਾ ਪਰਿਵਾਰ ਮੇਰੇ ਨਾਲ ਹੈ ਕਾਰਨ ਦੱਸਿਆ ਸੀ ਕੈਂਸਰ ਗਲੇ ਦਾ ਹੋਇਆ ਉਸ ਦੇ ਨਾਲ ਮੌਤ ਹੋਈ ਹੈ ਚਾਰ ਬੇਟੀਆਂ ਇੱਕ ਬੇਟਾ ਇਹਨਾਂ ਦਾ ਤੇ ਅ ਭਾਈ ਜੀ ਕੀ ਨਾਮ ਹੈ ਤੁਹਾਡਾ ਅਫਤਾਰ ਸਿੰਘ ਜੀ ਅਫਤਾਰ ਜੀ ਕਿਵੇਂ ਹੋਇਆ ਸੀ ਸਾਰਾ ਘਟਨਾਕ੍ਰਮ ਗਲੇ ਦਾ ਕੈਂਸਰ ਸੀ ਕਿਵੇਂ ਕੀ ਬਣਿਆ ਸੀ ਗਲੇ ਦਾ ਜੀ ਗਲੇ ਦਾ ਗਲੇ ਦਾ ਕਰਕੇ ਆਇਆ ਸੀ ਪਾਣੀ ਜਿਹੜਾ ਹੈ ਤੁਹਾਡੇ ਤੱਕ ਪਹੁੰਚ ਪਾਣੀ ਦਾ ਕਰਕੇ ਜੀ ਪਾਣੀ ਮਾੜਾ ਕਰਕੇ ਇਹਦਾ ਕਿਉਂਕਿ ਵੀ ਜਿਆਦਾ ਇਹਦੇ ਨਾਲ ਬਿਮਾਰੀ ਫੈਲਦੀ ਹੈ ਇਹਨਾਂ ਵੀ ਗਰੀਬ ਬੰਦੇ ਨੂੰ ਯਾਰ ਨਹੀਂ ਹੁੰਦਾ ਛੇਤੀ ਹੋ ਜਾਂਦਾ ਤਕੜੇ ਬੰਦੇ ਨੂੰ ਇਹ ਪੈਸਾ ਦਾ ਜਿਆਦਾ ਹੁੰਦਾ ਇਹੋ ਪੈਸੇ ਨਾਲ ਇਲਾਜ ਕਰਾਈ ਜਾਂਦੇ ਬਸ ਮਾਰੇ ਬੰਦਾ ਇਲਾਜ ਨਹੀਂ ਕਰਾ ਸਕਦਾ ਇਲਾਜ ਨਹੀਂ ਕਰਾ ਸਕਦਾ ਜੀ ਤੇ ਤੁਹਾਡੀ ਪਤਨੀ ਦੀ ਫਿਰ ਕਦੋਂ ਕਿੰਨੀ ਤਰੀਕ ਨੂੰ ਹੋਈ ਸੀ ਇਹ 29 ਤਰੀਕ ਨੂੰ ਜੀ ਪਿਛਲੇ 2 ਮਹੀਨੇ 2 ਮਹੀਨੇ ਪਹਿਲਾਂ ਹਾਂ ਜੀ ਠੀਕ ਹੈ ਤੇ ਕੈਂਸਰ ਦੀ ਫਿਰ ਦਵਾਈ ਦੇ ਲਈ ਕਿੱਥੇ ਕਿੱਥੇ ਤੱਕ ਦੌੜ ਪਾ ਜਲੰਧਰ ਅੰਮ੍ਰਿਤਸਰ ਤੇ ਮੋਗਾ ਫਰੀਦਕੋਟ ਜਾ ਕੇ ਤਾਂ ਫਿਰ ਉਹਦੀ ਡੈਥ ਹੋ ਗਈ ਸੀ ਨਾ ਉਹ ਉੱਥੇ ਜਾ ਕੇ ਜੰਮ ਖਤਮ ਸੀ ਦਾ ਅੱਛਾ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਸਵੀਰ ਕੋਹੜਾ ਜੀ ਤੁਸੀਂ ਪੜਦੇ ਹੋ ਹਾਂ ਜੀ ਪੜ ਚੁੱਕੀ ਹਾਂ ਮੈਂ ਪਹਿਲਾਂ ਤੇ ਹੁਣ ਮੈਂ ਚੰਡੀਗੜ੍ਹ ਜੌਬ ਕਰਦੀ ਸੀ ਫਤਿਓ ਪੇਸ਼ੈਂਟ ਕੇਅਰ ਦੀ ਜਦੋਂ ਦੀ ਮੰਮਾ ਦੀ ਡੈਥ ਹੋਈ ਕਰਕੇ ਘਰ ਵਿੱਚ ਕੋਈ ਰਹਿ ਨਹੀਂ ਸੀਗਾ ਸਾਡੇ ਕੰਮ ਕਰਨ ਵਾਲਾ ਪਾਪਾ ਵੀ ਮੇਰੇ ਠੀਕ ਨਹੀਂ ਰਹਿੰਦੇ ਉਹਨਾਂ ਦੇ ਰਾੜ ਪਈ ਉਹ ਦੋਨਾਂ ਲਤਾਂ ਦੇ ਵਿੱਚ ਮੰਮਾ ਸਰ ਤੇ ਹੈ ਨਹੀਂ ਸੀਗੇ ਤੇ ਇਹਨਾਂ ਨੇ ਪੜਨਾ ਹੁੰਦਾ ਸੀ ਫਿਰ ਘਰੇ ਔਖਾ ਸੀ ਥੋੜਾ ਇਸ ਕਰਕੇ ਬਾਹਰ ਗਏ ਸੀ ਕਮਾਈ ਕਰਨ ਉਸ ਤੇ ਛੋਟੀਆਂ ਪਹਿਨਾਂ ਵਾਸਤੇ ਹਾਂਜੀ ਛੋਟੀਆਂ ਪਹਿਨਾਂ ਵਾਸਤੇ ਭਰਾ ਵੀ ਛੋਟਾ ਸੀ ਜ਼ਿਆਦਾ ਕਮਾ ਨਹੀਂ ਸਕਦਾ ਅੱਛਾ ਮੈਨੂੰ ਦੱਸੋ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਵੀ ਪਾਣੀ ਕਿਵੇਂ ਦਾ ਹੁੰਦਾ ਹੈ ਤੁਹਾਡੇ ਏਰੀਆ ਦਾ ਉਹ ਸਾਡੇ ਏਰੀਆ ਦਾ ਪਾਣੀ ਕਿਉਂਕਿ ਜਦੋਂ ਮੰਮਾ ਨੂੰ ਜ਼ਿਆਦਾ ਪ੍ਰੋਬਲਮ ਹੋਣ ਲੱਗੀ ਅਸੀਂ ਕਿਹਾ ਸੀ ਕਿ ਇਹ ਪਾਣੀ ਨਹੀਂ ਪੀਣਾ ਡਾਕਟਰ ਨੇ ਮਨਾ ਕੀਤਾ ਸੀ ਮੰਮਾ ਨੂੰ ਕਿਉਂਕਿ ਮੰਮਾ ਨਾਲ ਮੈਂ ਹੀ ਜਾਂਦੀ ਹੁੰਦੀ ਸੀ ਹਸਪੀਟਲ ਮੋਗੇ ਤੱਕ ਜੀਰੇ ਤੱਕ ਸਾਰਾ ਮੋਗੇ ਤੱਕ ਜਾਇ ਫਰੀਦਕੋਟ ਵੀ ਮੰਮਾ ਨੂੰ ਡਾਕਟਰ ਨੇ ਪਾਣੀ ਬੰਦ ਕਰ ਦਿੱਤਾ ਗਿਆ ਸੀ ਪਰ ਅਸੀਂ ਘਰਾਂ ਕਿ ਪਾਣੀ ਹੋਰ ਕਿਹੜਾ ਦਿੰਦੇ ਕਿਉਂਕਿ ਮੰਮਾ ਦੇ ਕੁਝ ਜਾਂਦਾ ਨਹੀਂ ਸੀ ਅੰਦਰ ਫਿਰ ਵੀ ਫਿਰ ਵੀ ਸਾਨੂੰ ਮਜਬੂਰੀ ਕਰਕੇ ਉਹਨਾਂ ਕੋ ਪਾਣੀ ਵਾਲ ਕੇ ਦੇਣਾ ਕਰਤੇ ਅਸੀਂ ਆਣਾ ਨਾਚ ਦਾ ਪਾਣੀ ਵਾਲ ਕੇ ਦੇਣਾ ਮੰਮਾ ਨੂੰ ਪਰ ਜਦੋਂ ਅੰਦਰ ਜਾਂਦਾ ਹੀ ਨਹੀਂ ਸੀ ਉਹਨਾਂ ਦੇ ਪਹਿਲਾਂ ਪੀਂਦੇ ਰਹੇ ਉਹਦੇ ਨਾਲ ਜ਼ਿਆਦਾ ਹੁੰਦੇ ਗਏ ਜਿਵੇਂ ਹੋ ਗਏ ਵੀ ਜਦੋਂ ਸੇ ਪਾਣੀ ਭਰ ਦਿੰਦੇ ਨੇ ਰਾਤ ਨੂੰ ਭਰ ਕੇ ਰੱਖ ਦਿੰਦੇ ਆ ਸਵੇਰ ਨੂੰ ਪਾਣੀ ਤੇ ਧੰਡਾਈ ਆ ਜਾਂਦੀ ਜਿੱਦਾਂ ਤੇਲ ਵਗੈਰ ਹੋ ਵਿੱਚ ਸੁੱਟ ਦਿੱਤਾ ਗਿਆ ਹੋਵੇ ਜੇ ਅਸੀਂ ਨਾਨੇ ਆ ਨੌਣ ਸਮੇ ਵੀ ਜਿੰਨੀ ਮਰਜ਼ੀ ਸਾਬਣ ਲਾ ਲਓ ਫਿਰ ਵੀ ਉਦਾਂ ਦਾ ਉਦਾਂ ਹੀ ਸਰੀਰ ਰਹਿੰਦਾ ਵਾ ਕੋਈ ਉਹਦੇ ਨਾਲ ਨਹੀਂ ਸਰੀਰ ਹਮੇਸ਼ਾ ਤਿਲਕ ਨਹੀਂ ਬਣਿਆ ਰਹਿੰਦਾ ਵਾ ਫਿਰ ਸਾਨੂੰ ਇਹ ਵੀ ਗਾਇਆ ਗਿਆ ਸੀਗਾ ਕਿ ਮੰਮਾ ਨੂੰ ਨਾ ਹੀ ਪਾਣੀ ਨਿਵਾਣਾ ਨਾ ਮੰਮਾ ਨੂੰ ਇਹ ਪਾਣੀ ਦੇਣਾ ਤੇ ਫਿਰ ਅਸੀਂ ਅੱਧਾ ਕੋਈ ਹੈ ਤਾਂ ਹੈ ਨਹੀਂ ਸੀ ਕੋਈ ਵੱਡੇ ਘਰ ਦੇ ਕਿ ਅਸੀਂ ਫਿਰ ਲਗਾ ਲਾਂਗੇ ਫਿਲਟਰ ਵਗੈਰਾ ਕਿਸੇ ਦੇ ਘਰ ਵੀ ਜਾਵਾਂਗੇ ਸਾਨੂੰ 2 ਦਿਨ ਪਾਣੀ ਦੋ ਅਗਲਾ 3 ਦਿਨ ਪਾਣੀ ਦੋ ਇੰਨੀ ਸਾਡੇ ਚ ਪਾਵਰ ਹੈ ਨਹੀਂ ਸੋ ਇਸ ਕਰਕੇ ਮੰਨ ਵੀ ਇਹ ਪਾਣੀ ਦਿੱਤਾ ਗਿਆ ਹੁਣ ਅਸੀਂ ਵੀ ਇਹੀ ਪੀਂਨੇ ਆ ਮੇਰੀ ਭੈਣ ਨੂੰ ਵੀ ਹੁਣ ਇਨਫੈਕਸ਼ਨ ਵਗੈਰਾ ਬਹੁਤ ਜ਼ਿਆਦਾ ਹੋਈ ਪਈ ਆ ਇਸ ਕਰਕੇ ਪਾਣੀ ਬੰਦ ਕੀਤਾ ਜਾਂਦਾ ਕਿੰਨਾ ਟਾਈਮ ਅਸੀਂ ਨਾ ਬੰਦ ਰੱਖ ਹੀ ਸਕਦੇ ਆ ਪਾਣੀ ਬਿਨਾ ਜੀਵ ਹੀ ਨਹੀਂ ਸਕਦੇ ਇਸ ਤੋਂ ਬਿਹਤਰ ਆ ਕਿ ਫੈਕਟਰੀ ਬੰਦ ਹੋਣੀ ਸਹੀ ਆ ਅੱਛਾ ਭੈਣ ਕਿਹੜੀ ਨੂੰ ਹੋਈ ਐ ਇਨਫੈਕਸ਼ਨ ਤਰਗਜੋਤ ਕੌਰ ਆ ਜੀ ਸੈਮਟ ਕਲਾਸ ਵਿੱਚ ਪੜਦੀ ਆ ਕਿਹੜੇ ਹਾਂਜੀ ਵਾਲੇ ਜਿਹੜੇ ਤੁਹਾਡੇ ਨਾਲ ਬੈਠੇ ਹਾਂਜੀ ਇਹਨਾਂ ਨੂੰ ਵੀ ਇਨਫੈਕਸ਼ਨ ਡਾਕਟਰ ਨੇ ਦੱਸੀ ਹੈ ਹਾਂਜੀ ਉਹਨਾਂ ਨੇ ਇਨਫੈਕਸ਼ਨ ਨਹੀਂ ਜ਼ਿਆਦਾ ਆਈ ਹੋਈ ਹੁਣ ਅਸੀਂ ਸਕੂਲ ਵੀ ਨਹੀਂ 갈 ਸਕਦੇ ਕਿਉਂਕਿ ਹੁਣ ਅਸੀਂ ਫੀਸ ਦੇਵਾਂਗੇ ਉਹਨਾਂ ਦੀ ਫੀਸ ਵੀ ਅਸੀਂ ਮੱਸਾ ਦਿੰਨੇ ਕਿਉਂਕਿ ਮੇਰੇ ਮੰਮਾ ਕੰਮ ਕਰਦੇ ਸੀ ਵਿਚਾਰੇ ਚਲੋ ਟੀਚਰ ਸਾਡੀ ਸਹਾਇਤਾ ਕਰ ਰਹੇ ਹਜੇ ਤੱਕ ਤਾਂ ਕਦੇ ਸਾਨੂੰ ਉਹਨਾਂ ਨੇ ਵਿਚਾਰਿਆਂ ਨੇ ਕਿਹਾ ਨਹੀਂ ਫਿਰ ਵੀ ਉਹ ਕਹਿੰਦੇ ਹਿੰਦੀ ਵੱਧ ਤੋਂ ਵੱਧ ਕੇਅਰ ਕਰੋ ਕੇਅਰ ਤਾਂ ਅਸੀਂ ਤਾਂ ਹੀ ਕਰਾਂਗੇ ਜੇ ਸਾਡਾ ਪਾਣੀ ਸਾਫ਼ ਹੋਗਾ ਅਸੀਂ ਪਾਣੀ ਪੀਵਾਂਗੇ ਤਾਂ ਠੀਕ ਰਹਿਣਗੇ ਜੇ ਤੇ ਸਾਡਾ ਪਾਣੀ ਨਹੀਂ ਸਾਫ਼ ਫਿਰ ਅਸੀਂ ਜਿੰਨੀ ਮਰਜ਼ੀ ਆਪਣੀ ਕੇਅਰ ਕਰ ਲਗੇ ਪਾਣੀ ਤੋਂ ਬਿਨਾਂ ਤਾਂ ਕਰ ਸਕਦੇ ਵੀ ਨਹੀਂ ਤੇ ਪ੍ਰਭਜੋ ਹਾਂਜੀ ਉਹ ਕੰਧ ਪਾਣੀ ਚੇਂਜ ਕਰਾ ਕੇ ਦਿੱਤਾ ਜਾਵੇ ਇਹਨਾਂ ਨੂੰ ਪਾਣੀ ਹੋਰ ਦਿੱਤਾ ਜਾਵੇ ਕਿਉਂਕਿ ਸਾਡੇ ਚੰਨੀ ਪਾਵਰ ਹੈ ਨਹੀਂ ਕਿ ਅਸੀਂ ਪਾਣੀ ਚੇਂਜ ਕਰ ਦਈਏ ਕਿਉਂਕਿ ਵਾਲ ਕੇ ਪੀਵਾਂਗੇ ਘਰੇ ਸਾਡਾ ਮੇਰੇ ਡੈਡੀ ਬਹੁਤ ਔਖੀ ਤਰ੍ਹਾਂ ਕਮਾਉਂਦਾ ਵਾ ਜਿਆਦਾ ਅਸੀਂ ਕੋਈ ਬਾਲਣ ਵੀ ਨਹੀਂ ਲਿਆ ਸਕਦੇ ਆ ਇੱਕ ਦਿਨ ਲਿਆਉਨੇ ਆ ਦੋ ਦਿਨ ਮਸਾ ਕੱਢਦੇ ਆ ਕਿਸੇ ਟਾਈਮ ਅਸੀਂ ਚਾਹ ਪਾਣੀ ਲੋ ਵੀ ਬੈਠ ਜਾਂਦੇ ਘਰੇ ਕਿਉਂਕਿ ਇੰਨੀ ਪਾਵਰ ਵਾਲਾ ਸਾਡੇ ਚ ਹੈ ਨਹੀਂ ਕੋਈ ਵੀ ਅਸੀਂ ਇਹ ਕੰਮ ਕਰ ਲਾਂਗੇ ਮੈਂ ਹੁਣ ਚੰਡੀਗੜ੍ਹ ਜੌਬ ਕਰਕੇ ਉੱਥੇ ਕੁਛ ਦਿਨ ਲਾਏ ਮੈਂ ਵੀ ਠੀਕ ਨਹੀਂ ਸੀ ਮੈਂ ਘਰ ਆ ਗਈਆਂ ਪਰ ਘਰ ਆਪਦੇ ਹਾਲਾਤ ਪਤਾ ਹੁੰਦਾ ਵੀ ਕਿਦਾਂ ਦੇ ਵਿੱਚ ਉਹ ਕਹਿੰਦੇ ਨੇ ਇਫੈਕਸ਼ਨ ਆ ਪਾਣੀ ਚੇਂਜ ਕਰੋ ਤੁਹਾਡਾ ਪਾਣੀ ਬੜਾ ਜਿਆਦਾ ਖਰਾਬ ਆ ਰਿਹਾ ਵਾ ਕਿਉਂਕਿ ਹੁਣ ਅਸੀਂ ਤਿੰਨੇ ਜਾਣੇ ਤਾਂ ਘਰੇ ਹੈਗੇ ਡੈਡੀ ਤੋਂ ਵੀ ਨਹੀਂ ਕੰਮ ਹੁੰਦਾ ਭਰਾ ਛੋਟਾ ਵਾ ਐਨਾ ਪਾਣੀ ਅਸੀਂ ਕਿੱਥੋਂ ਵੱਖ-ਵੱਖ ਕਰ ਲਾਂਗੇ ਪਹਿੰਦਾ ਨਾ ਸਤ ਹੁਣ ਇਸ ਤੋਂ ਬਿਹਤਰ ਆ ਕਿ ਫੈਕਟਰੀ ਬੰਦ ਕੀਤੀ ਅੱਜ ਸਾਡੀ ਮੰਮੀ ਗਈ ਆ ਅੱਗੇ ਤੇ ਪਿੱਛੇ ਘਰ ਦੇ ਦਾदू ਦੀ ਡੈਥ ਹੋਈ ਆ ਕੈਂਸਰ ਦੇ ਨਾਲ ਹੀ ਹੋਰ ਵੀ ਕਈ ਪਸ਼ੂ ਵੀ ਮਰੇ ਇੱਥੇ ਕੋਈ ਫਾਇਦਾ ਤਾਂ ਮਿਲ ਨਹੀਂ ਰਿਹਾ ਫੈਕਟਰੀ ਦਾ ਇਹ ਕੋਈ ਵਧੀਆ ਫੈਕਟਰੀ ਲਾ ਲਵੇ ਸਾਡੇ ਵਰਗਾ ਕੋਈ ਕੰਮ ਕਰੇ ਢੀ ਦੂਰ ਦੂਰ ਕੁੜੀਆਂ ਕੰਮ ਕਰਨੀ ਜਾਂਦੀਆਂ ਬਾਹਰ ਇਹ ਕੋਈ ਪਿੰਡ ਚ ਕਿ ਕਿ ਇਤੋਂ ਬਿਹਤਰ ਇਹ ਫੈਕਟਰੀ ਦਾ ਕੀ ਫਾਇਦਾ ਵਾ ਸਾਨੂੰ ਜਿੱਥੇ ਬਿਮਾਰੀ ਆਈ ਜਾਂਦੀ ਆ ਘਰ ਦੇ ਘਰੋ ਜੀ ਤੁਰੇ ਜਾਂਦੇ ਕੀ ਫਾਇਦਾ ਸਾਨੂੰ ਇਹੋ ਜੀ ਫੈਕਟਰੀ ਦਾ ਅੱਛਾ ਇਸ ਤੋਂ ਪਹਿਲਾਂ ਹੁਣ ਪਾਣੀ ਜਿਹੜਾ ਹੈਗਾ ਆ ਸ਼ਰਾਬ ਦੀ ਫੈਕਟਰੀ ਜਦੋਂ ਲੱਗੀ ਸੀ ਉਸ ਤੋਂ ਪਹਿਲਾਂ ਵੀ ਐਵੇਂ ਦਾ ਸੀ ਜਾਂ ਸਹੀ ਸੀ ਉਦੋਂ ਜੀ ਬੱਲ ਕੋਲ ਉਦੋਂ ਕੋਈ ਨਹੀਂ ਸਾਡੇ ਹੁਣ ਮੇਰੇ ਸਹਾਰ ਨਾਲ ਵੀ 1.5 ਸਾਲ ਦੇ ਵਿੱਚ ਤਿੰਨ ਮੌਤਾਂ ਹੋ ਗਈਆਂ ਚਾਰ ਸਾਡੇ ਉਹਦੇ ਘਰੇ ਹੀ ਸਾਡਾ ਡੈਡੀ ਸੀ ਉਹ ਵੀ ਪੂਰਾ ਗਿਆ ਫੇਰ ਸਾਡਾ ਚਾਚਾ ਸੀ ਪਿੱਛੇ ਉਹਨੂੰ ਵੀ ਕਈ ਸਰ ਸੀਗਾ ਉਹਨਾਂ ਵੀ ਬਹੁਤ ਦੂਰ ਦੂਰ ਤੱਕ ਲੱਜ ਜਾਂਦੇ ਰਹੇ ਉਹ ਵੀ ਕੈਂਸਰ ਨੇ ਪੂਰਾ ਹੋਇਆ ਤੇ ਬਾਕੀ ਤੀਜੇ ਨੰਬਰ ਤੇ ਜਿੱਦਾਂ ਆਂਟੀ ਸੀਗੇ ਪਿੱਛੇ ਚਲੋ ਸਾਡੇ ਤੋਂ ਪੈਸਾ ਨਹੀਂ ਲਾਇਆ ਸਾਨੂੰ ਚਲੋ ਵਿੜੇਦਾਨੇ ਇਕੱਠੇ ਕਰਕੇ ਦਿੱਤੇ ਅਸੀਂ ਮੰਮੀ ਤਾਂ ਪੂਰੀ ਕੋਸ਼ਿਸ਼ ਕੀਤੀ ਕਿ ਸਾਡੀ ਮਾਂ ਬਚੇ ਪਰ ਨਹੀਂ ਬਚ ਪਾਈ ਪਿਛਲੇ ਘਰ ਜਿਹੜੇ ਦਾਦੂ ਦੀ ਡੈਥ ਹੋਈ ਉਹਨਾਂ ਨੇ ਪੂਰਾ ਪੈਸਾ ਵੀ ਲਾਤਾ ਉਹ ਫੇਰ ਵੀ ਨਹੀਂ ਬਚਿਆ ਕੀ ਫਾਇਦਾ ਹੋਇਆ ਉਹਨਾਂ ਨੂੰ ਇਹੋ ਜਿਹਾ ਪਾਣੀ ਦਾ ਉਹਨਾਂ ਦਾ ਵੀ ਪਾਣੀ ਬੰਦ ਕਰਾਇਆ ਗਿਆ ਸੀ ਕਿ ਪਾਣੀ ਨਾ ਪੀਤਾ ਜਾਵੇ ਪਰ ਫੇਰ ਵੀ ਉਹੀ ਪਾਣੀ ਵਾਰ-ਵਾਰ ਦਿੱਤਾ ਜਾਂਦਾ ਵਾ ਤਾਂ ਦਾ ਸਹੀ ਨਹੀਂ ਨਾ ਫਿਰ ਇਸ ਤੋਂ ਬਿਹਤਰ ਹੈ ਕਿ ਫੈਕਟਰੀ ਬੰਦ ਚਲਾਉਂਦਾ ਤਾਂ ਕੋਈ ਫਾਇਦਾ ਨਹੀਂ ਕਿਉਂਕਿ ਅੱਜ ਸਾਡੀ ਮੰਮੀ ਗਈ ਹੋਰ ਵੀ ਕਈਆਂ ਦੀਆਂ ਮਾਵਾਂ ਇੱਥੇ ਬਿਮਾਰ ਪਈਆਂ ਘਰੇ ਕੀ ਫਾਇਦਾ ਵਾ ਹੁਣ ਸਾਨੂੰ ਪਤਾ ਚਾਰਾ ਪੈਣਾ ਨਹੀਂ ਮਾਂ ਵੀ ਨਾ ਕਿੰਨੇ ਓਕੇ ਕੱਢਦੇ ਇਹੀ ਮਾਂ ਦੀ ਤੀਪਤ ਬਾਹਰ ਹੁੰਦਾ ਬਹੁਤ ਚਾਹ ਹੁੰਦਾ ਵਾ ਪਰ ਜਦ ਸਾਡੀ ਮੰਮੀ ਨਹੀਂ ਸਾਨੂੰ ਦਿੰਦੀ ਸਾਨੂੰ ਹੀ ਪਤਾ ਵਾ ਪਰ ਮਾਂ ਨਾਲ ਹੀ ਬੱਚੇ ਆ ਕਿਉਂਕਿ ਮਾਂ ਬਿਨਾ ਕੋਈ ਨਹੀਂ ਲੱਖੀ ਚਾਚਾ ਤਾਂ ਇਹ ਕਹਿ ਦਵੇ ਸੀ ਪਰ ਕੋਈ ਕਿਸੇ ਦੇ ਥਾਂ ਨਹੀਂ ਕੱਢ ਸਕਦਾ ਮਾਂ ਮਾਂ ਹੀ ਹੁੰਦੀ ਆ ਹਮੇਸ਼ਾ ਛੋਟੀ ਬੱਚਿਆਂ ਨੂੰ ਫਿਰ ਕਿਵੇਂ ਹੋ ਰਿਹਾ ਬਾਲ ਹੁਣ ਜਦੋਂ ਮੈਂ ਪਹਿਲਾਂ ਸਿੱਤਨਨ ਆਏ ਹੁੰਦਾ ਸੀ ਕਿ ਚਲੋ ਸਾਡੇ ਘਰੇ ਕੋਈ ਹੈਗਾ ਜਿਸ ਦਿਨ ਤੋਂ ਮੈਂ ਚਲੀ ਗਈ ਚੰਡੀਗੜ੍ਹ ਮੇਰੇਆਂ ਦੋਨੇ ਭੈਣਾਂ ਬਿਮਾਰ ਹੋ ਗਏ ਮੈਨੂੰ ਪਿੱਛੇ ਫੋਨ ਜਾਂਦਾ ਸੀ ਓ ਟਿੱਲਾਂਗਾ ਮੋ ਠੀਕ ਨਹੀਂ ਪਰ ਫਿਰ ਵੀ ਉਹ ਤੇ ਮੈਂ ਕੰਮ ਵੀ ਕਰਦੀ ਰਹੀ ਤੇ ਪਰ ਇਹਨਾਂ ਚ ਵੀ ਮੇਰਾ ਧਿਆਨ ਹੁੰਦਾ ਸੀ ਉਹ ਮੇਰੇ ਪਿੱਛੇ ਬਿਮਾਰ ਹੈ ਮੇਰੀ ਮੰਮਾ ਹੁੰਦੀ ਪਿੱਛੇ ਉਹਨਾਂ ਨੂੰ ਫਿਕਰ ਹੁੰਦਾ ਕਿ ਮੇਰੇਆਂ ਕੁੜੀਆਂ ਹੈਗਾ ਵਾ ਉਹਨਾਂ ਦੀ ਕੇਅਰ ਕਰਨੀ ਪਰ ਮਾਂ ਤੋਂ ਬਿਨਾ ਕੋਈ ਨਹੀਂ ਪੁੱਛਦਾ ਕਿਸੇ ਨੂੰ ਵੀ ਆਣ ਕੇ ਜਿੰਨਾ ਟਾਈਮ ਮਾਂ ਉਹਨਾਂ ਟਾਈਮ ਹੀ ਆ ਲਾਕੀ ਮੈਂ ਵੱਡੀ ਭੈਣ ਹਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵਾਂ ਇਹਨਾਂ ਨੂੰ ਉਹ ਪੋਛ ਦੇ ਦਦੇ ਹੁਣ ਸਿਆਲ ਆ ਲੋਕਾਂ ਦੀ ਮਮਾ ਕਹਿੰਦੇ ਚਲੋ ਅੰਦਰ ਬਹਿਣਾ ਰਜਾਈ ਚ ਬਹਿਣ ਠੰਡ ਨਾ ਲੱਗ ਜੇ ਪਰ ਜਿਹਦੀ ਮਾਈ ਨਾ ਹੋ ਉਹ ਥੋੜੀ ਕਹੂਗੇ ਹੁਣ ਅਸੀਂ ਸਵੇਰ ਦੇ ਬਾਹਰ ਰਵਾਂਗੇ ਸਾਨੂੰ ਥੋੜੀ ਉਹਨਾਂ ਨੇ ਕਹਿਣਾ ਜਾਓ ਉਹ ਤਾਂ ਹੁਣ ਅਸੀਂ ਆਪਣੇ ਆਪ ਇਹਨਾਂ ਨੂੰ ਕਵਾਂਗੇ ਜਾਓ ਤਾਂ ਹੀ ਆ ਕਿਉਂਕਿ ਮਾਂ ਮਾਈ ਹੁੰਦੀ ਹੈ ਮਾਂ ਤੋਂ ਬਿਨਾ ਕੋਈ ਵੀ ਨਹੀਂਗਾ ਇਸ ਤੋਂ ਬਾਅਦ ਸਾਡੀ ਮਾਂ ਗਈ ਕਿਸੇ ਹੋਰ ਦੀ ਮਾਂ ਨਾ ਜਾਵੇ ਅੱਛਾ ਕੋਈ ਸਰਕਾਰੀ ਮਦਦ ਵੀ ਤੁਹਾਡੇ ਤੱਕ ਪਹੁੰਚੀ ਹੈ ਪਰਿਵਾਰ ਤੱਕ ਸਾਨੂੰ ਸਰਕਾਰੀ ਬੱਸ ਸਕੂਲ ਵੱਲੋਂ ਟੀਚਰਾਂ ਨੇ ਬਹੁਤ ਮਦਦ ਕੀਤੀ ਸਾਡੇ ਵੇੜੇ ਦੇ ਜਣੇ ਵੀ ਬਹੁਤ ਸਾਡੀ ਹੈਲਪ ਕੀਤੀ ਮੇਰੇ ਡੈਡੀ ਦੇ ਗੋਡੇ ਜਮ੍ਹਾਂ ਖੜ ਗਏ ਸੀ ਇਥੋਂ ਵੇੜੇ ਚ ਸਰਕਾਰ ਵੱਲੋਂ ਨਹੀਂ ਕੋਈ ਹੋਈ ਨਹੀਂ ਹਜੇ ਕੋਈ ਨਹੀਂ ਅਸੀਂ ਹੁਣ ਜਦੋਂ ਵੀ ਸਾਡੇ ਘਰੋਂ ਦਾ ਕੋਈ ਵੀ ਕਹਿ ਦਿੰਦਾ ਐਦਾਂ ਕਰਾਂਗੇ ਐਦਾਂ ਕਰਾਂਗੇ ਪਰ ਸਾਨੂੰ ਇਹਨਾਂ ਜਰੂਰ ਕਹਾਗਾ ਮੇਰੇ ਡੈਡੀ ਨੇ ਕਟਲ ਵਾਲਾ ਕਹਿ ਦਿੰਦੇ ਜੀ ਇਹ ਪੈਸੇ ਲੈਂਦੇ ਲੋਕਾਂ ਤੋਂ ਪੈਸੇ ਖਾਦਿਆ ਪਰ ਅਸੀਂ ਕਿਸੇ ਦਾ ਕੋਈ ਪੈਸਾ ਵੀ ਨਹੀਂ ਖਾਦਾ ਪਿੰਡ 'ਚ ਜਿੰਨੇ ਇਕੱਠੇ ਹੋਏ ਮੇਰੇ ਡੈਡੀ ਦਾ ਇਲਾਜ ਹੋਇਆ ਮੇਰੀ ਮੰਮਾ ਦਾ ਇਲਾਜ ਹੋਇਆ ਸਾਨੂੰ ਵੱਧ ਪੈਸੇ ਖਾਣ ਦੀ ਕੀ ਲੋੜ ਹੈ ਜਿੰਨਾ ਜਿੰਨਾ ਲੱਗਾ ਸਾਨੂੰ ਪਤਾ ਸੀ ਹਸਪਤਾਲਾ ਚ ਬਹੁਤ ਪਹਿਲਾਤਾ ਫਰੀਦਕੋਟ ਜਾ ਕੇ ਮੇਰੀ ਮੰਮਾ ਦੀ ਐਂਡ ਤੇ 29 ਤਰੀਕ ਨੂੰ ਡੈਥ ਹੁੰਦੀ ਹੈ 2 ਮਹੀਨੇ ਪਹਿਲਾਂ ਹਾਂਜੀ 2 ਮਹੀਨੇ ਪਹਿਲਾਂ ਮੰਮਾ ਦੀ ਡੈਥ ਹੋਈ ਹੈ ਤੇ ਭਾਜੀ ਫੈਕਟਰੀ ਜਦੋਂ ਲੱਗੀ ਤੁਸੀਂ ਤਾਂ ਮੇਰੇ ਕੋਲ ਹੌਸ਼ ਹੋਵਾਂਗੇ ਉਸ ਟਾਈਮ ਹੈਨਾ ਹਾਂਜੀ ਹਾਂਜੀ ਕਦੋਂ ਕਿਹੜੇ ਸਾਲ ਚ ਹੋਈ ਸੀ ਇਹ ਮੈਨੂੰ ਇੰਨਾ ਨਹੀਂ ਕਿਹਾ ਵੀ ਮੈਨੂੰ ਕਿੰਨੇ ਸਾਲ ਹੋ ਗਏ 15 ਸਾਲ ਹੋ ਗਏ 14-15 ਸਾਲ ਹੋ ਗਏ ਹਾਂਜੀ ਉਦੋਂ ਮੇਰਾ ਡੈਡੀ ਸਰਪੰਚ ਹੁੰਦਾ ਹੀਗਾ ਜਦੋਂ ਲੱਗੀ ਫੈਕਟਰੀ ਅੱਛਾ ਇਸ ਪਿੰਡ ਦੇ ਸਰਪੰਚ ਹਾਂਜੀ ਉਹਨਾਂ ਨੇ ਸਹਿਨ ਨਹੀਂ ਕੀਤੇ ਅੱਛਾ ਵਿਰੋਧ ਕੀਤਾ ਸੀ ਹਾਂਜੀ ਉਹ ਕਹਿੰਦੇ ਇਹ ਨਹੀਂ ਲੱਗਾਂ ਦੇਣੀਗੀ ਫਿਰ ਦੂਜਾਂ ਨੇ ਕਰਤੇ ਸਹਿਨ ਅੱਛਾ ਤੇ ਇਹਦਾ ਨਾਂ ਨਰਾਂ ਲਾਤਾ ਹੀਗਾ ਕਹਿੰਦੇ ਇਹਨੇ ਸਰਪੰਚ ਨੇ ਪੈਸੇ ਗਾਲੇ ਅੱਛਾ ਉਲਟਾ ਲਾਤਾ ਹਾਂਜੀ ਜੇ ਇਹ ਪੈਸੇ ਖਾਦੇ ਹੁੰਦੇ ਤੇਹੀਂ ਇਹੋ ਜੇ ਘਰ 'ਚ ਥੋੜੋ ਬਹਿਣਾ ਸੀਗਾ ਨਾਲੇ ਉਹਦੀ ਜੀ ਮੌਤ ਥੋੜੋ ਹੋਣੀ ਸੀਗੀ ਫਿਰ ਉਹ ਵੀ ਵਿਚਾਰਾ ਕੰਮ ਕਰਦਾ ਰ ਗੱਡੀਆਂ ਲਾਦਾ ਰ ਤੇ ਨਾਲੇ ਸਰਪੰਚੀ ਕਰਦਾ ਹੀਗਾ ਵਿੱਚੇ ਹੁਣੇ ਲੇਬਰ ਕਰਨ ਦੇ ਵਿੱਚ ਅਸੀਰ ਵੀ ਲੈਂਦਾ ਰਿਹਾ ਸਰਪੰਚੀ ਵੀ ਕੀਤੇ ਅਸੀਰ ਵੀ ਲੈਂਦਾ ਰਿਹਾ ਅੱਛਾ ਅੱਛਾ ਸਾਰਾ ਕੋਈ ਕਰਦਾ ਰਿਹਾ ਵਿੱਚੇ ਬਸ ਬਿਲਕੁਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਇਹ ਹਾਈ ਕੋਰਟ ਦੇ ਅੰਡਰ ਮਾਮਲਾ ਪਹੁੰਚਿਆ ਹੋਇਆ ਇਸ ਜੋ ਸ਼ਰਾਬ ਫੈਕਟਰੀ ਹੈਗਾ ਔਰ ਹਾਈ ਕੋਰਟ ਨੇ ਵੀ ਇਸ ਦੇ ਉੱਪਰ ਟਿੱਪਣੀ ਕੀਤੀ ਹੋਈ ਹੈ ਕਿ ਜ਼ਰੂਰੀ ਨਹੀਂ ਹੈ ਕਿ ਸ਼ਰਾਬ ਦੀ ਫੈਕਟਰੀ ਦੇ ਕਾਰਨ ਹੀ ਇਹ ਪਾਣੀ ਗੰਦਲਾ ਹੋਇਆ ਹੋਵੇ ਸ਼ਾਇਦ ਕੀਟਨਾਸ਼ਕਾਂ ਦੇ ਕਾਰਨ ਜੋ ਸਪ੍ਰੈਆਂ ਹੋ ਰਹੀਆਂ ਨੇ ਜਾਂ ਫਿਰ ਜੋ ਰਾਲੀ ਸਾੜੀ ਗਈ ਉਸ ਦੇ ਨਾਲ ਵੀ ਹੋ ਸਕਦਾ ਇਹ ਹੁਣ ਜਾਂਚ ਦੇ ਲਈ ਪਾਣੀ ਦੀ ਜਾਂਚ ਦੇ ਲਈ ਚਾਰ ਕਮੇਟੀਆਂ ਬਣੀਆਂ ਹੋਈਆਂ ਨੇ ਇਸ ਪੂਰੇ ਮਸਲੇ ਨੂੰ ਜਾਂਚਣ ਤੋਂ ਬਾਅਦ 2 ਮਹੀਨਿਆਂ ਦੇ ਅੰਦਰ ਅੰਦਰ ਪੰਜਾਬ 2 ਹਫ਼ਤਿਆਂ ਦੇ ਅੰਦਰ ਅੰਦਰ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਆਪਣੀ ਰਿਪੋਰਟ ਦਾਇਰ ਕਰਨੀ ਹੈ ਪਰ ਪਿੰਡ ਵਾਲੇ ਕਹਿ ਰਹੇ ਨੇ ਕਿ 15 ਸਾਲ ਪਹਿਲਾਂ ਪਾਣੀ ਇੱਥੋਂ ਦਾ ਅਜੀਹਾ ਨਹੀਂ ਸੀ ਤਕਰੀਬਨ 40 ਤੋਂ 50 ਪਿੰਡ ਜੋ ਇੱਕ ਘੇਰਾ ਬਣਾਇਆ ਜਾਵੇ ਤਾਂ ਸ਼ਰਾ ਫੈਕਟਰੀ ਦੇ ਨੇੜੇ ਤੇੜੇ ਦੇ ਜਿਹੜੇ 40 ਤੋਂ 50 ਪਿੰਡ ਅਜੀ ਹੈਗੇ ਨੇ ਜਿਨ੍ਹਾਂ ਦਾ ਪਾਣੀ 15 ਸਾਲ ਪਹਿਲਾਂ ਕਾਫੀ ਵਧੀਆ ਸੀ ਤਾਂ ਹੁਣ 15 ਸਾਲ ਬਾਅਦ ਪਾਣੀ ਜਿਹੜਾ ਆ ਉਹ ਗੰਦਲਾ ਹੋ ਚੁੱਕਿਆ ਉਹਦੇ ਉੱਪਰ ਤੰਦਾਈ ਜੰਮਦੀ ਹੈ ਪੀਣ ਯੋਗ ਨਹੀਂ ਹੈ ਨਹਾਣ ਯੋਗ ਨਹੀਂ ਹੈ ਪਸ਼ੂਆਂ ਦੇ ਲਈ ਵੀ ਜਿਹੜਾ ਉਹ ਨਹੀਂ ਵਰਤੇ ਜਾ ਸਕਦਾ ਕੈਮਰਾ ਪਰਸਨ ਜਸਪ੍ਰੀਤ ਸਿੰਘ ਦੇ ਨਾਲ ਰਾਹੁਲ ਕਾਲਾ ਦਾ ਖਾਲਸ ਟੀਵੀ ਜ਼ੀਰਾ